Subscribe the channel and press the bell notification icon. And there is a big toa in the sadak. ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਇਹ ਵੀਡੀਓ ਕੱਲ ਤੋਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਵਿੱਚ ਤੁਸੀਂ ਦੇਖ ਹੀ ਲਿਆ ਹੋਏਗਾ ਕਿ ਹਰਸਿਮਰਤ ਕੌਰ ਬਾਦਲ ਕਿਸੇ ਅਫਸਰ ਨਾਲ ਅੰਗਰੇਜ਼ੀ ਚ ਗੱਲ ਕਰ ਰਹੇ ਨੇ। ਅੰਗਰੇਜ਼ੀ ਵਿੱਚ ਬੋਲਦੇ ਉਹ ਕੁਝ ਸ਼ਬਦ ਪੰਜਾਬੀ ਦੇ ਬੋਲ ਜਾਂਦੇ ਨੇ ਤੇ ਇਸ ਕਾਰਨ ਉਹ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਹੋ ਰਹੇ ਨੇ। ਅੱਜ ਬਠਿੰਡਾ ਵਿੱਚ ਧੰਨਵਾਦ ਦੌਰੇ ਮੌਕੇ ਮੀਡੀਆ ਨਾਲ ਇਸ ਬਾਰੇ ਗੱਲਬਾਤ ਹੋਈ ਤਾਂ ਉਹ ਆਪ ਹੀ ਹੱਸਣ ਲੱਗ ਪਏ। ਦਰਅਸਲ ਬੀਤੀ ਦੇਰ ਰਾਤ ਹਰਸਿਮਰਤ ਬਾਦਲ ਬਠਿੰਡਾ ਬਾਦਲ ਸੜਕ ਤੇ ਟੋਏ ਹੋਣ ਕਰਕੇ ਜ਼ਖਮੀ ਹੋਏ ਸਕੂਟਰ ਸਵਾਰ ਪਤੀ ਪਤਨੀ ਤੇ ਉਹਨਾਂ ਦੇ 3 ਪੋਤੇ ਪੋਤਰੀਆਂ ਨੂੰ ਸਹਾਇਤਾ ਦੇਣ ਲਈ ਰੁਕੇ ਸੀ। ਬਾਦਲ ਨੇ ਜ਼ਖਮੀ ਬੱਚਿਆਂ ਦੀ ਪੱਟੀ ਵੀ ਕੀਤੀ ਤੇ ਸੜਕ ਵਿਚਲੇ ਡੂੰਘੇ ਟੋਏ ਦੀ ਮੁਰੰਮਤ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਤੇ ਨਿਰਦੇਸ਼ ਵੀ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹਨਾਂ ਦੇ ਮੂੰਹੋਂ देयर इज बिग टोआ इन दी सड़क निकल गया। इस बारे सफाई दिंदे हरसिमरत ने कहा कि जिस डिप्टी कमिश्नर नु ओना फोन कीता सी ओ ज्यादा अंग्रेजी ही समझदे सी क्योंकि ओ साउथ इंडिया दे रहन वाले ने, इसलिए ओना अंग्रेजी विच गल कीती ते जल्दी जल्दी विच बोलदे ओ भुल गए। ए जेडे साडे डीसी साहब ने, ए मेरा कल साउथ इंडियन होन दे नाते ए मेरे नाल अंग्रेजी च गल करदे ने। सो जद कोई अंग्रेजी च गल करदा ऑटोमेटिकली जवाब अंग्रेजी च निकल जांदा है। ਅੱਜ ਸੜਕਾਂ ਦਾ ਇੰਨਾ ਮਾੜਾ ਹਾਲ ਹੈਗਾ, ਇੰਨੇ ਵੱਡੇ ਵੱਡੇ ਟੋਏ ਸਾਰੇ ਸੜ ਜੇ ਤੇ ਉਹ ਵੀ ਉਹ ਸੜ ਜੇ ਜਿੱਥੇ ਵਿੱਤ ਮੰਤਰੀ ਦਾ ਘਰ ਦੇ ਰਸਤੇ ਚ ਰਾਹ ਚ ਆਉਂਦਾ ਹੈ, ਜਿਹਦੇ ਕੋਲ ਸਾਰੇ ਖਜ਼ਾਨੇ ਦੀ ਚਾਬੀ ਹੈ। ਹੁਣ ਇੰਨੇ ਵੱਡੇ ਵੱਡੇ ਟੋਇਆਂ ਚ ਹਰ ਸ਼ਾਮ ਨੂੰ ਉੱਥੇ ਕਿਸੇ ਨੌਜਵਾਨ ਦਾ, ਕਿਸੇ ਬਜ਼ੁਰਗ ਦਾ, ਕਿਸੇ ਬੱਚੇ ਦਾ ਉੱਥੇ ਐਕਸੀਡੈਂਟ ਹੋ ਰਿਹਾ ਕਿਉਂਕਿ ਹਨੇਰੇ ਚ ਉਹ ਟੋਆ ਜਦ ਨਜ਼ਰ ਨਹੀਂ ਆਉਂਦਾ ਤੇ ਉੱਥੇ ਜਦ ਲੋਕੀ ਕਹਿੰਦੇ। ਕੱਲ ਮੇਰੀ ਗੱਡੀ 10 ਵਜੇ ਰਾਤ ਨੂੰ ਜਦ ਉੱਥੋਂ ਨਿਕਲ ਰਹੀ ਸੀ, ਇਹ ਸਾਰਾ ਪਰਿਵਾਰ ਸੜਕ 'ਚ ਬੈਠਾ ਹੋਇਆ ਨਜ਼ਰ ਆਇਆ। ਤੇ ਜੇ ਆਪਣੀ ਗੱਡੀਆਂ ਨਹੀਂ ਹੁੰਦੀ ਤਾਂ ਪਤਾ ਨਹੀਂ ਕਿੰਨੇ ਘੰਟੇ ਉੱਥੇ ਬੈਠਾ, ਕਿਉਂਕਿ 10 ਵਜੇ ਰਾਤ ਨੂੰ ਕੌਣ ਉੱਥੇ ਹੁੰਦਾ। ਜ਼ਖਮੀ ਬੰਦਾ ਵੀ, ਉਹਨਾਂ ਦਾ ਦਾਦਾ ਵੀ ਜ਼ਖਮੀ, ਦਾਦੀ ਵੀ ਜ਼ਖਮੀ, ਤਿੰਨੋਂ ਬੱਚੇ ਨਿੱਕੇ ਨਿੱਕੇ ਬੱਚੇ। ਸੋ ਉਹਨਾਂ ਨੂੰ ਰੋਕ ਕੇ ਆਪਾਂ ਜਿੰਨੀ ਮਦਦ ਕਰ ਸਕਦੇ ਸੀ ਉਹਦੇ ਬਾਅਦ ਹਸਪਤਾਲ ਤਾਈ ਪਹੁੰਚਾਇਆ ਤੇ ਡੀਸੀ ਨੂੰ ਫੋਨ ਕਰਕੇ ਕਿਹਾ ਕਿ ਜਿੱਥੇ ਰੋਜ਼ ਐਕਸੀਡੈਂਟ ਹੋ ਰਹੇ ਨੇ ਤੁਸੀਂ ਉੱਥੇ ਘੱਟੋ ਘੱਟ ਟੋਏ ਨੂੰ ਕਰ ਦਿੱਤਾ। ਸਟਾਰ ਕੈਨੇਡਾ ਟੀਵੀ ਲਈ ਬਿਊਰੋ ਰਿਪੋਰਟ।